ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਸੀਂ ਰੀਤ ਕ੍ਰੀਏਸ਼ਨਸ ਕੋਟਪੁਰਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬੜੇ ਸੋਹਣੇ ਸੋਹਣੇ ਹੈਂਡਵਰਕ ਦੇ ਸੂਟ ਜਿਹੜੇ ਕਿ ਅਸੀਂ ਆਪ ਤਿਆਰ ਕੀਤੇ ਹੈ ਇਹ ਵਾਲਾ ਜਿਹੜਾ ਅਸੀਂ ਪਹਿਲਾ ਸੂਟ ਦੇਖ ਰਹੇ ਹੋ ਇਸ ਦਾ ਕਲਰ ਹੈ ਗੋਲਡਨ ਤੇ ਇਹ ਸ਼ਿਮਰ ਫੈਬਰਿਕ ਦੇ ਉੱਪਰ ਤਿਆਰ ਕੀਤਾ ਹੈਂਡਵਰਕ ਹੋਇਆ ਇਸ ਤੇ ਇਸ ਹੈਂਡਵਰਕ ਦੇ ਵਿੱਚ ਅਸੀਂ ਦਬਕਾ ਜ਼ਰੀ ਮੋਤੀ ਤੇ ਕਲਰਫੁਲ ਥਰੈਡ ਦੀ ਜਿਹੜੀ ਹੈ ਵਰਤੋਂ ਕੀਤੀ ਹੈ ਇਸ ਸੂਟ ਦਾ ਸਾਰਾ ਜਿਹੜਾ ਫਰੰਟ ਹੈ ਉਹ ਬਣਿਆ ਹੋਇਆ ਦੇਖੋ ਨਾਲ ਹੀ ਅਸੀਂ ਇਸ ਸੂਟ ਦੀਆਂ ਜਿਹੜੀਆਂ ਬਾਹਾਂ ਵੀ ਤਿਆਰ ਕੀਤੀਆਂ ਨੇ ਬਾਜੂ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਇਸ ਤੇ ਪਰਲ ਵਰਕ ਹੋਇਆ ਹੋਇਆ ਨਾਲ ਦਬਕਾ ਇਸ ਦੇ ਵਿੱਚ ਜਿੰਨੇ ਵੀ ਸੂਟ ਤਿਆਰ ਕੀਤੇ ਅਸੀਂ ਉਹ ਸਾਰੇ ਪੇਸਟਲ ਕਲਰਸ ਦੇ ਵਿੱਚ ਨੇ ਤੇ ਸਿਰਫ ਇੱਕ ਸੂਟ ਦੇ ਨਾਲ ਇਸ ਗੋਲਡਨ ਵਾਲੇ ਦੇ ਨਾਲ ਅਸੀਂ ਇੱਕ ਦੁਪੱਟਾ ਵੀ ਸੈਂਪਲ ਦੇ ਤੌਰ ਤੇ ਤਿਆਰ ਕੀਤਾ ਜਿਹੜਾ ਕਿ ਅਸੀਂ ਔਰਗੈਂਜ਼ਾ ਦੇ ਉੱਪਰ ਸ਼ਿਮਰਿੰਗ ਮਤਲਬ ਹੈਗਾ ਗਲਿਟਰਿੰਗ ਔਰਗੈਂਜ਼ਾ ਹੈ ਇਹ ਸਟੱਫ ਤੇ ਇਸ ਦੇ ਉੱਪਰ ਫੋਰ ਸਾਈਡਡ ਜਿਹੜਾ ਹੈ ਉਹ ਗੋਟਾ ਲਗਵਾ ਕੇ ਗੋਲਡਨ ਕਲਰ ਦਾ ਅਸੀਂ ਦੁਪੱਟਾ ਰੈਡੀ ਕੀਤਾ ਜਿਸ ਵਿੱਚ ਅਸੀਂ ਸੂਟ ਦੇ ਵਿੱਚ ਲੱਗੇ ਹੋਏ ਥਰੈਡ ਵਰਕ ਜਿਹੜਾ ਹੈ ਅਸੀਂ ਕੀਤਾ ਉਹ ਵਾਲੇ ਕਲਰਸ ਜਿਹੜੇ ਲਾਏ ਹੈ ਦੁਪੱਟੇ ਦੇ ਵਿੱਚ ਦੁਪੱਟੇ ਦਾ ਪੈਟਰਨ ਲਾਈਨਾਂ ਦੇ ਵਿੱਚ ਬਣਿਆ ਹੋਇਆ ਪੈਨਲਸ ਪਏ ਹੋਏ ਹੈ ਇੱਕ ਅਗਲਾ ਕਲਰ ਹੈ ਲਾਈਟ ਫਿਰੋਜ਼ੀ ਹੈ ਇਹ ਵੀ ਸੇਮ ਉਹੀ ਕੱਪੜਾ ਹੈ ਸ਼ਿਮਰ ਦੇ ਉੱਪਰ ਹੀ ਸ਼ਿਮਰ ਦੇ ਉੱਪਰ ਬਹੁਤ ਹੀ ਪਿਆਰਾ ਮਜੰਟਾ ਤੇ ਲਾਈਟ ਪਿੰਕ ਦਾ ਥਰੈਡ ਵਰਕ ਨਾਲ ਵਾਈਟ ਕਲਰ ਦੇ ਪਰਲਸ ਦਬਕਾ ਤੇ ਇਹਦਾ ਫਰੰਟ ਜਿਹੜਾ ਹੈ ਸਾਰਾ ਸੂਟ ਦਾ ਅਸੀਂ ਤਿਆਰ ਕੀਤਾ ਨਾਲ ਹੀ ਇਸ ਦੀਆਂ ਸਲੀਵਸ ਬਹੁਤ ਪਿਆਰੀਆਂ ਦੇਖੋ ਕਿੰਨੀ ਸੋਹਣੀ ਬੂਟੀ ਪਈ ਹੋਈ ਹੈ ਇਹ ਸੂਟ ਜਿਹੜਾ ਹੈ ਉਹ ਵਿਦਆਊਟ ਦੁਪੱਟਾ ਹੋਏਗਾ ਜਿਵੇਂ ਵੀ ਤੁਹਾਡੀ ਡਿਮਾਂਡ ਹੋਊਗੀ ਉਸ ਹਿਸਾਬ ਦੇ ਨਾਲ ਅਸੀਂ ਦੁਪੱਟਾ ਜਿਹੜਾ ਉਹ ਤੁਹਾਨੂੰ ਆਰਡਰ ਤੇ ਪ੍ਰੀਪੇਅਰ ਕਰਕੇ ਦੇਵਾਂਗੇ ਅਗਲਾ ਕਲਰ ਹੈ ਇਸ ਦੇ ਵਿੱਚ ਹੀ ਪਿਸਤਾ ਸ਼ੇਡ ਇਸ ਪਿਸਤਾ ਕਲਰ ਦੇ ਉੱਪਰ ਉਵੇਂ ਦਬਕਾ ਤੇ ਮੋਤੀ ਦਾ ਕੰਮ ਕੀਤਾ ਗਿਆ ਤੇ ਇਸ ਦੇ ਉੱਤੇ ਥਰੈਡ ਵਰਕ ਜਿਹੜਾ ਪੀਚ ਕਲਰ ਤੇ ਡਾਰਕ ਗ੍ਰੀਨ ਕਲਰ ਦਾ ਲਗਾਇਆ ਗਿਆ ਤੇ ਨਾਲ ਹੀ ਬਹੁਤ ਪਿਆਰੀਆਂ ਸਲੀਵਸ ਇਹਦੇ ਨਾਲ ਰੈਡੀ ਕੀਤੀਆਂ ਪੈਟਰਨ ਸਾਰੇ ਸੂਟਾਂ ਦੇ ਸੇਮ ਹੋਣਗੇ ਬਸ ਕਲਰ ਜਿਹੜੇ ਹੈ ਉਹ ਡਿਫਰੈਂਟ ਹੋਣਗੇ ਇਹ ਇੱਕ ਬੜਾ ਮਿੱਠਾ ਜਿਹਾ ਪਿਆਰਾ ਪਿੰਕ ਟੋਨ ਦੇ ਵਿੱਚ ਗੋਲਡਨ ਹੈ ਇਹ ਇਹਦੇ ਵਿੱਚ ਜਿਹੜਾ ਕਲਰ ਹੈ ਉਹ ਗ੍ਰੀਨ ਤੇ ਮਜੰਟਾ ਥਰੈਡ ਵਰਕ ਜਿਹੜਾ ਯੂਜ਼ ਕੀਤਾ ਗਿਆ ਹਲਕਾ ਜਿਹਾ ਲਾਈਟ ਬਲੂ ਕਲਰ ਵੀ ਐਡ ਕੀਤਾ ਗਿਆ ਤੇ ਨਾਲ ਵਾਈਟ ਮੋਤੀ ਤੇ ਦਬਕੇ ਦਾ ਕੰਮ ਅਸੀਂ ਕੀਤਾ ਤੇ ਨਾਲ ਹੀ ਸਲੀਵਸ ਵੀ ਇਹਦੀਆਂ ਬਣਾਈਆਂ ਤੇ ਬੜਾ ਪਿਆਰਾ ਸ਼ੇਡ ਹੈ ਇਹ ਆਲ ਓਵਰ ਸੂਟ ਹੋਣਗੇ ਤੇ ਇਹਦੇ ਨਾਲ ਦੁਪੱਟੇ ਤੁਸੀਂ ਜਿਸ ਤਰ੍ਹਾਂ ਦੇ ਵੀ ਸਾਨੂੰ ਕਰੋਗੇ ਆਰਡਰ ਉਸ ਹਿਸਾਬ ਨਾਲ ਅਸੀਂ ਤਿਆਰ ਕਰਕੇ ਦੇਵਾਂਗੇ ਤੁਹਾਨੂੰ ਇਹ ਹੈ ਲਾਈਟ ਫਿਰੋਜ਼ੀ ਕਲਰ ਜਿਹਨੂੰ ਅਸੀਂ ਐਕੁਆ ਕਲਰ ਵੀ ਕਹਿ ਸਕਦੇ ਹਾਂ ਇਸ ਦੇ ਉੱਪਰ ਵੀ ਬਹੁਤ ਹੀ ਪਿਆਰੀ ਬੂਟੀ ਜਿਹੜੀ ਹੈ ਉਹ ਪਾਈ ਗਈ ਹੈ ਫਰੰਟ ਦੇ ਉੱਪਰ ਸਾਰੇ ਜਿਹੜੇ ਥਰੈਡ ਵਰਕ ਜਿਹੜਾ ਹੈ ਡਾਰਕ ਫਿਰੋਜ਼ੀ ਤੇ ਪਿੰਕ ਦਾ ਕੰਬੀਨੇਸ਼ਨ ਜਿਹੜਾ ਉਹ ਥਰੈਡ ਵਰਕ ਦੇ ਵਿੱਚ ਯੂਜ਼ ਕੀਤਾ ਸੀ ਨਾਲ ਹੀ ਇਹਦੀਆਂ ਵੀ ਸਲੀਵਸ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਗਈਆਂ ਜਿਸ ਦੇ ਵਿੱਚ ਕਿ ਆਰੀ ਦਾ ਵਰਕ ਵੀ ਹੋਇਆ ਹੈ ਤੇ ਇਸ ਦੇ ਵਿੱਚ ਇੱਕ ਕਲਰ ਹੈ ਲਾਸਟ ਇਹ ਵਾਲਾ ਇਹ ਸਟੀਲ ਗ੍ਰੇ ਕਲਰ ਹੈ ਇਹ ਵੀ ਸ਼ਿਮਰ ਹੈ ਕੱਪੜਾ ਆਲ ਓਵਰ ਸੂਟ ਹੋਏਗਾ ਇਸ ਦੇ ਡਿਜ਼ਾਈਨ ਦਾ ਫਰਕ ਹੈ ਇਸ ਦੇ ਕੱਪੜੇ ਦੇ ਉੱਪਰ ਵੀ ਵਾਈਟ ਕਲਰ ਦੇ ਪਰਲਸ ਲੱਗੇ ਹੋਏ ਮੋਤੀ ਲੱਗੇ ਹੋਏ ਨਾਲ ਆਰੀ ਦਾ ਵਰਕ ਹੈ ਨਾਲ ਦਬਕੇ ਦਾ ਵੀ ਵਰਕ ਹੈ ਤੇ ਕਲਰਫੁਲ ਥਰੈਡ ਦੀ ਵਰਤੋਂ ਕੀਤੀ ਗਈ ਹੈ ਬਹੁਤ ਸੋਹਣੀਆਂ ਬੂਟੀਆਂ ਪਾਈਆਂ ਗਈਆਂ ਤੇ ਨਾਲ ਹੀ ਕਲੀਆਂ ਦਾ ਡਿਜ਼ਾਈਨ ਜਿਹੜਾ ਹੈ ਘੇਰੇ ਤੋਂ ਲੈ ਕੇ ਉੱਪਰ ਤੱਕ ਤੇ ਘੇਰਾ ਵੀ ਬਣਿਆ ਹੋਇਆ ਘੇਰੇ ਦੇ ਉੱਪਰ ਥੋੜਾ ਥੋੜਾ ਗੋਟਾ ਪੱਤੀ ਦਾ ਕੰਮ ਵੀ ਅਸੀਂ ਕੀਤਾ ਹੈ ਗੋਟਾ ਪੱਤੀ ਦਾ ਥੋੜਾ ਯੂਜ਼ ਕੀਤਾ ਹੋਇਆ ਨਾਲ ਹੀ ਸਲੀਵਸ ਬਣੀਆਂ ਹੋਈਆਂ ਬਹੁਤ ਪਿਆਰੀਆਂ ਇਹ ਵੀ ਸੂਟ ਵਿਦਆਊਟ ਦੁਪੱਟਾ ਹੀ ਹੋਏਗਾ ਅਗਲਾ ਕਲਰ ਇਹ ਲਾਈਟ ਬਲੂ ਕਲਰ ਹੈ ਥੋੜਾ ਗ੍ਰੇ ਸਟੋਨ ਦੇ ਵਿੱਚ ਹੈ ਇਹ
इस सूट के उपर ना लंबिया मतलब कलिया बनिया हुई है, कली नुमा मतलब वेलां बनिया हुई है, जिस ते धागे का काम, जरी का काम, आरी का ते सितारे का काम होया वे। इस दियां बाहां दा जिहड़ा काम है वो हैवी है, मोटे तक डिजाइन है इहदा। इस सूट दे डिजाइन दा पहलां वाले सूटां नालों डिजाइन दा फर्क है। फैब्रिक सेम है, शिमरी है। यह भी पीस बहुत प्यारा है ते विदाउट दुपट्टा है। ये सारे ही सूट पेस्टल कलर्स दे विच होंगे ते विदाउट दुपट्टा होंगे। किसी भी कस्टमर नू जेकर इन्हां सूटां दे नाल दुपट्टा चाहिदा होवे तां ओह सानू फैब्रिक दस के, स्टफ दस के, तुसी किस तरह दा दुपट्टा लाइक करदे हो, असी उस तरह दा ही वर्क जिहड़ा ओह रेडी करवा देवांगे। ते उम्मीद है कि तुहानू इह सारे सूट बड़े पसंद आए होणगे। तां तुहानू जिहड़ा भी कलर ते जिहड़ा भी जिहड़ा डिजाइन तुहानू पसंद है उसकी तुसी फोटो खिंच के साडे वट्सएप नंबर के उपर सेंड करो ते ऑर्डर करो, ताकि असीं तुहाडा ऑर्डर जिहड़ा है टाइम सिर प्लेस कर सकीए, तुहानू डिलीवर कर सकीए। Thank you so much.